ਅਹਿਮ ਸ਼ਖਸੀਅਤ ਨੇ ਸਾਡੇ ਨਾਲ ਬਹਿ ਕੇ ਜੰਗ ਦੇ ਵਿਰਤਾ ਦਾ ਐਲਾਨ ਕੀਤਾ ਔਰ ਸਾਨੂੰ ਇਹ ਗੱਲ ਤੋਂ ਖੁਸ਼ੀ ਹੋਵੇ ਤਾਂ ਸਾਨੂੰ ਇਨਸ਼ਾਅੱਲਾ ਲੱਗਦੇ ਕਿ ਆਉਣ ਵਾਲੇ ਦਿਹਾੜੇ ਵਿੱਚ ਆਪਣਾ ਸਰਗਾਣਾ ਸਾਹਿਬ ਇਨਸ਼ਾਅੱਲਾ ਸਾਡੇ ਨਾਲ ਕਦਮ ਬਦ ਕਦਮ ਵੀ ਹੋ ਸਕਣ ਔਰ ਉੱਥਾਂ ਕਿ ਤਹਿਰੀਕ ਵਾਸਤੇ ਕੰਮ ਵੀ ਕਰੇ ਸਨ ਮੈਂ ਇਹਨਾਂ ਨੂੰ ਵੈਲਕਮ ਵੀ ਆਦਾਂ ਔਰ ਇਨਸ਼ਾਅੱਲਾ ਉਮੀਦ ਵੀ ਰੱਖੇ ਨਾ ਕਿ ਮੁਕੰਮਲ ਤੌਰ 'ਤੇ ਉਹ ਸਾਡਾ ਸਾਥ ਦੇ ਸਨ ਕਿਉਂਕਿ ਜੰਗ ਦੇ ਵਿੱਚ ਸਾਡਾ ਬਹੁਤ ਥੋੜ੍ਹਾ ਕੰਮ ਥਿਆ ਹੋਇਆ ਔਰ ਇੰਝ ਸ਼ਖਸੀਅਤ ਦਾ ਸਾਡੇ ਨਾਲ ਟੁਰਨ ਸਾਰੇ ਵਾਸਤੇ ਫਖਰ ਦੀ ਗੱਲ ਹੋ ਸਕਦੀ ਦੋਸਤੋ ਪਿਛਲੇ ਜਾਣੇ ਮੈਂ ਮੁਜ਼ੱਫਰਗੜ੍ਹ ਵੰਜਣ 'ਤੇ ਅਤੇ ਮੈਂ ਉੱਥੋਂ ਢੇਰ ਸਾਰੇ ਦੋਸਤਾਂ ਕੋਲ ਪੁੱਛਿਆ ਕਿ ਮੁਜ਼ੱਫਰਗੜ੍ਹ ਕਿਵੇਂ ਨਾਂ 'ਤੇ ਰੱਖਿਆ ਗਿਆ ਤਾਂ ਮੁਜ਼ੱਫਰਗੜ੍ਹ ਦੇ ਸ਼ਹਿਰਾਂ ਨੂੰ ਵੀ ਪਤਾ ਕਹਿਣਾ ਕਿ ਮੁਜ਼ੱਫਰਗੜ੍ਹ 'ਚ ਬੇਸਿਕਲੀ ਇਹ ਕਿਵੇਂ ਨਾਂ ਦਿੱਤੇ ਜਾਂ ਸ਼ੁਜਾਬਾਦ ਖਾਨਗੜ੍ਹ ਅੱਜਣ ਤੱਕ ਉਹਦੀ ਵਜ੍ਹਾ ਇਹ ਹੈ ਕਿ ਆਪਣਾ ਉਸਮਾਨ ਸਿੰਘ ਜਿਵੇਂ ਆ ਕੇ ਕਿ ਸਾਕੂ ਤਾਂ ਇੱਥੋਂ ਦੀ ਤਾਰੀਖ ਪੜ੍ਹਾਈ ਗਏਗੀ ਨਾ ਸਾਕੂ ਤਾਂ ਜਾਂ ਤਾਰੀਖ ਪੜ੍ਹਾਈ ਗਈ ਅਰਬੀਆਂ ਦੀ ਜਾਂ ਪੜ੍ਹਾਈ ਗਈ ਅਫਗਾਨੇ ਦੀ ਜਾਂ ਤਾਰੀਖ ਪੜ੍ਹਾਈ ਗਈ ਅੰਗਰੇਜ਼ੇ ਦੀ ਸਾਡੀ ਜਿਹੜੀ ਇੱਥੋਂ ਦੀ ਤਾਰੀਖ ਉਹ ਤਾਂ ਕੋਈ ਪੜ੍ਹਾਈ ਕਹਿਣੀ ਗਈ ਕਿ ਇੱਥਾਂ ਅਗਰ ਪਹਿਲੇ ਹਿੰਨੇ ਦੇ ਆਉਣ ਕੋਲੋਂ ਪਹਿਲਾਂ ਵੀ ਕਹਿੰਦੀ ਹਕੂਮਤ ਸਹੀ ਆ ਕਹਿਣਾ ਕਿਆ ਇੱਥੋਂ ਦੇ ਵਾਸੀ ਵੀ ਹਨ ਸਹੀ ਇੱਥਾਂ ਰਹਿੰਦੇ ਪਿਆ ਲਗਾਉਣ ਦਾ ਸਿਸਟਮ ਕਿਆ ਉਹ ਰਹਿੰਦੇ ਕੀ ਬਿਆਨ ਦੇ ਬਹਿਰਾਲ ਪਿੱਛੋਂ ਤਾਂ ਨਿਸੇ ਵੇਲੇ ਤਾਂ ਅਸਾਂ ਮੁਜ਼ੱਫਰ ਖਾਨ ਕੋਈ ਡੇ ਗਿੰਦੋਂ ਕਿ ਮੁਜ਼ੱਫਰ ਖਾਨ ਸਦੋ ਦਈ ਮੁਲਤਾਨ ਦੇ ਵਿੱਚ ਹਕੂਮਤ ਕੀਤੀ ਹੈ ਬੇਸਿਕਲੀ ਉਹ ਅਫਗਾਨ ਹਕੂਮਤ ਦਾ ਹੀ ਨੁਮਾਇੰਦਾ ਹੈ ਇੱਥੋਂ ਦਾ ਗਵਰਨਰ ਮੁਕਰਰ ਆ ਲੇਕਿਨ ਉੱਥਾਂ ਇੱਥੋਂ ਹੁਣ ਇੱਥੋਂ ਦੇ ਲੋਕਾਂ ਵਾਸਤੇ ਕਿਆ ਖਿਦਮਾਤ ਕੀਤੇ ਹਨ ਉਹਨੇ ਕਿਹੜੇ ਤਰੀਕੇ ਨਾਲ ਖਿਰਾਜ ਕੀਤਾ ਜਾਂ ਹੁਣ ਕਿਹੜੇ ਤਰੀਕੇ ਨਾਲ ਇੱਥਾਂ ਕਰ ਕੰਮ ਕੀਤੇ ਹਨ ਅਗਰ ਤੁਸੀਂ ਉਹਨਾਂ ਦੀ ਤਾਰੀਖ ਵਿੱਚ ਦੇਖੋ ਉਹਨਾਂ ਦੀ ਤੁਸੀਂ ਮੁਖਤਲਿਫ ਜਿਹੀ ਤੇ ਵੰਜ ਅਤੇ ਉਹਨਾਂ ਦੇ ਜਿਹੜੇ ਮਤਲਬ ਕੰਮ ਹਨ ਇੱਥੋਂ ਦਾ ਮੁਖਤਲਿਫ ਬਿਲਡਿੰਗ ਤੋਂ ਦੁਬਾਰਾ ਉਹਨੇ ਇਹ ਕੀਤੇ ਇੱਥਾਂ ਮਹਿਮਾਨਖਾਨੇ ਬਣਾਏ ਇੱਥੋਂ ਦੇ ਨਹਿਰੀ ਸਿਸਟਮ ਕੋ ਦੁਬਾਰਾ ਠੀਕ ਕੀਤੇ ਤਾਂ ਉਹ ਬਾਕੀ ਜਿਤਨਾ ਵੀ ਪਹਿਲੇ ਦੇ ਫਾਤੇ ਹਨ ਜਾਂ ਪਹਿਲੇ ਜਿਹੜੇ ਤੁਹਾਨੂੰ ਮੰਦਾ ਮੁਖਤਲਿਫ ਮੁਕਰਰ ਕੀਤੇ ਗਏ ਹਨ ਤਾਂ ਪਹਿਲਾਂ ਨੁਮਾਇੰਦਾ ਨਜ਼ਰ ਆਉਂਦੇ ਜੇ ਇੱਥੋਂ ਦੇ ਵਸੇ ਵਾਸਤੇ ਆਪਣੇ ਵਸਾਇਲ ਵੀ ਖਰਚ ਕੀਤੇ ਔਰ ਇੱਥੋਂ ਦੇ ਲੋਕ ਇਹਦੇ ਨਾਲ ਵੀ ਸਾਥ ਦਿੱਤਾ ਜਿਹੜੇ ਵੇਲੇ ਉੱਥੋਂ ਦਾ ਰਣਜੀਤ ਸਿੰਘ ਹਮਲਾਵਰ ਕਾਬਿਜ ਜਾਏ ਉੱਥੋਂ ਕਿ ਜ਼ੁਲਮ ਢਾਇਆ ਇੱਥਾਂ ਕਰ ਪਹੁੰਚਿਆ ਤਾਂ ਢੇਰ ਸਾਰਾ ਹਕੂਮਤਾਂ ਹੁਣ ਦੇ ਸਾਥ ਦੇ ਗਿਆ ਹੁਣ ਦੇ ਵਿੱਚ ਬਹਾਵਲਪੁਰ ਤੋਂ ਮੇਰੇ ਖਿਆਲ ਆ ਸਕਦਾ ਲੇਕਿਨ ਵਹਿਦ ਇਹ ਬੰਦਾ ਹੈ ਜੈ ਨੇ ਇੱਥੋਂ ਦੇ ਲੋਕਾਂ ਨਾਲ ਖੜਾ ਹੋਣ ਦਾ ਐਲਾਨ ਕੀਤਾ ਔਰ ਸਿਰਫ ਨਾ ਖੜਾ ਨਾ ਹੋਇਆ ਫਿਰ ਸਿਰਫ ਬਲਕਿ 1800 ਆਪਣੇ ਦੋਸਤਾਂ ਦੇ ਨਾਲ ਆਪਣੇ ਖਾਨਦਾਨ ਦੇ ਤਮਾਮ ਬੰਦਿਆਂ ਦੇ ਨਾਲ ਉੱਥਾਂ ਗਿਰ ਨੂੰ ਆ ਕੇ ਸ਼ਹਾਦਤ ਦਾ ਦਰਜਾ ਕੀਤਾ ਔਰ ਹੁਣ ਦੇ ਨਾਲ ਜਿਤਨਾ ਜ਼ੁਲਮ ਥਿਆ ਉਹ ਮੇਰੇ ਖਿਆਲ ਜਿੱਥਾਂ ਤਾਰੀਖੀ ਸਾਰੇ ਦੋਸਤ ਬੈਠੇ ਉਹਨਾਂ ਸਾਰਿਆਂ ਨੂੰ ਪਤਾ ਹੈ ਇਹ ਤਿਉਹਾਰ ਅਸਾਂ ਹਰ ਸਾਲ ਮੰਨੇ ਤੂੰ ਹਰ ਮਤਲਬ ਪਿਛਲੇ ਕਾਫੀ ਸਾਲੇ ਤੂੰ ਇਹ ਬਾਕਾਇਦਾ ਰਿਵਾਇਤ ਬਣਦੀ ਰਹਿੰਦੀ ਹੈ ਇਨਸ਼ਾਅੱਲਾ ਇਹ ਰਿਵਾਇਤ ਮਜ਼ਬੂਤੀ ਸੇ ਵੇਂਦੀ ਜਿਵੇਂ ਕਾਦ ਸਾਹਿਬ ਨੇ ਆ ਕੇ ਕਿ ਕਿਲੋ ਹੁਸੈਨ ਦਾ ਨਾ ਉਹ ਜਿਹੜਾ ਸਾਡੇ ਨੌ ਦਾ ਹਮਲੇ ਦੇ ਰਾਂਦੂ ਉਹ ਹਫ਼ਤਾ ਮਿਲਣ ਜੋ ਨਾ ਉਹ ਖਤਮ ਸੀ ਸਕਦੇ ਨਾ ਇਹ ਜ਼ੁਲਮ ਉਹ ਤਾਂ ਖੈਰ ਬਹੁਤ ਵੱਡਾ ਇੱਕ ਵਾਕਿਆ ਹੋਣ ਦੇ ਮੁਕਾਬਲੇ ਵੀ ਤੱਕ ਮੈਂ ਕੁਝ ਨਹੀਂ ਆ ਸਕਦਾ ਲੇਕਿਨ ਹੀ ਜ਼ੁਲਮ ਕਿਨੋਂ ਇਹ ਵੀ ਜ਼ੁਲਮ ਹਮੇਸ਼ਾ ਤਾਰੀਖ ਵਿੱਚ ਹਮੇਸ਼ਾ ਯਾਦ ਰੱਖਿਆ ਹੋਇਆ ਅਤੇ ਔਰ ਆਉਣ ਵਾਲੀ ਤਾਰੀਖ ਜਿਹੜੇ ਅਸਾਂ ਆਪਣੀ ਤਾਰੀਖ ਆਪ ਲਿਖੇ ਤੂੰ ਇਨਸ਼ਾਅੱਲਾ ਸਾਡਾ ਹੀਰੋ ਮੁਜ਼ੱਫਰ ਖਾਂ ਉਸੇ ਔਰ ਹਿੰਦੀ ਕਬਰ ਵੀ ਪੱਕੀ ਸੀ ਸੇ ਔਰ ਹਿੰਦੀ ਸਾਰਾ ਚੀਜ਼ਾਂ ਹੁੰਦਾ ਜਿਤਨਾ ਵੀ ਯਾਦਗਾਰਾਂ ਨੇ ਦੁਬਾਰਾ ਠੀਕ ਕੀਤਾ ਹੋਇਆ ਸਨ ਦੋਸਤੋ ਇਹ ਮੌਕੇ ਦੇ ਉੱਤੇ ਸਾਡੇ ਵਸੇਬ ਦੇ ਇੱਕ ਬਹੁਤ ਵੱਡੇ ਸ਼ਹਿਰ ਆਪਣਾ ਜਹਾਂਗੀਰ ਮੁਖਲਿਸ ਸਾਹਿਬ ਨੂੰ ਇੱਕ ਅਵਾਰਡ ਦਿੱਤਾ ਗਿਆ ਪੰਜਾਬ ਹਕੂਮਤ ਨੇ ਪਲਾਕ ਖਾਜਾ ਗੁਲਾਮ ਫਰੀਦ ਦੇ ਨਾਂ ਦੇ ਉੱਤੇ ਪਲਾਕ ਅਵਾਰਡ ਦਿੱਤਾ ਗਿਆ ਪਲਾਕ ਇੱਕ ਇਦਾਰਾ ਹੈ ਅੱਜ ਹੁਣ ਇਹ ਮੌਕੇ ਦੇ ਉੱਤੇ 200 ਸਾਲ ਜ਼ੁਲਮ ਦੇ ਮੌਕੇ ਦੇ ਉੱਤੇ ਹੁਣ ਉਹ ਅਵਾਰਡ ਗਵਰਨਮੈਂਟ ਆਫ ਪੰਜਾਬ ਨੂੰ ਵਾਪਸ ਕੀਤੇ ਔਰ ਜਿਤਨਾ ਰਕਮ ਦਿੱਤੀ ਗਈ ਉਹ ਵਾਪਸ ਕੀਤੀ ਹੈ ਅਸਾਂ ਸਾਰੇ ਦੋਸਤ ਇੱਕ ਤਾਂ ਹੁਣ ਕੋਲ ਸਰਹਿੰਦੂ ਹੁਣ ਦੇ ਫੈਸਲੇ ਕੋਲ ਔਰ ਅਸਾਂ ਆਪਣੇ ਇਹਦੇ ਹੀਰੋ ਤੋਂ ਹਮੇਸ਼ਾ ਫਖਰ ਕਰਨੋ ਇਨਸ਼ਾਅੱਲਾ ਸਾਡੀ ਸਰਾਕੀ ਕੌਮੀ ਮਸ਼ਾਵਰਤੀ ਕਮੇਟੀ ਆਪਣੇ ਇਹਦੇ ਉੱਤੇ ਫੈਸਲਾ ਕੀਤੇ ਅਤੇ ਉਹਨੇ ਐਵਾਰਡ